ਨਮਸਕਾਰ ਦੋਸਤੋ, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਯੂਟਿਊਬ ਚੈਨਲ ਤੇ। ਦੋਸਤੋ, ਪੰਜਾਬ ਵਿੱਚ ਕਾਫੀ ਵਧੀਆ ਵੈਕੈਂਸੀਆਂ ਆ ਗਈਆਂ ਨੇ, ਅਲੱਗ ਅਲੱਗ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਅਲੱਗ ਅਲੱਗ ਵੈਕੈਂਸੀਆਂ ਨੇ। ਤੇ ਮਾਰਚ 2020 ਦੀ ਵੈਕੈਂਸੀਆਂ ਨੇ, ਟੋਟਲ 3 ਡਿਪਾਰਟਮੈਂਟ ਦੇ ਨੋਟੀਫਿਕੇਸ਼ਨ ਆਏ ਨੇ ਪੰਜਾਬ ਦੇ ਤੇ ਮਾਰਚ ਮੰਥ ਦੇ। ਇਸ 'ਚ ਤੁਹਾਡਾ ਕੋਈ ਇਗਜ਼ਾਮ ਨਹੀਂ ਹੋਣਾ, ਡਾਇਰੈਕਟ ਜੁਆਇਨਿੰਗ ਆ ਜੋਬ ਦੀ। ਲੋਕੇਸ਼ਨ ਤੁਹਾਡੀ ਪੰਜਾਬ ਹੀ ਰਹੇਗੀ। ਕਿੱਦਾਂ ਅਪਲਾਈ ਕਰਨਾ, ਐਲੀਜੀਬਿਲਿਟੀ ਕੀ ਆ, ਸਭ ਕੁਝ ਮੈਂ ਡਿਟੇਲ ਵਿੱਚ ਦੱਸਾਂਗਾ। ਸੋ ਵੀਡੀਓ ਨੂੰ ਐਂਡ ਤੱਕ ਪੂਰਾ ਜ਼ਰੂਰ ਦੇਖਿਓ। ਜੇਕਰ ਤੁਸੀਂ ਮੇਰੇ ਚੈਨਲ 'ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਅਤੇ ਬੈਲ ਆਈਕਨ ਨੂੰ ਜ਼ਰੂਰ ਦਬਾਓ। ਇਸ ਨਾਲ ਜਿੱਦਾਂ ਹੀ ਮੈਂ ਕੋਈ ਨਈ ਜਾਣਕਾਰੀ ਲੈ ਕੇ ਆਵਾਂਗਾ, ਤੁਹਾਨੂੰ ਉਸੇ ਟਾਈਮ ਨੋਟੀਫਿਕੇਸ਼ਨ ਆ ਜਾਏਗਾ। ਚਲੋ ਹੁਣ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ। ਅਤੇ ਦੱਸਣਾ ਚਾਹੁੰਦਾ ਕਿ ਪੰਜਾਬ ਵਿੱਚ 6 ਨਏ ਨੋਟੀਫਿਕੇਸ਼ਨ ਆ ਗਏ ਆ, ਉਹ ਮੈਂ ਆਪਣੇ ਦੂਜੇ ਚੈਨਲ 'ਤੇ ਅਪਲੋਡ ਕਰਕੇ ਆਇਆ। ਉਸ ਵੀਡੀਓਜ਼ ਦਾ ਲਿੰਕ ਵੀ ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਵਿੱਚ ਮਿਲ ਜੂਗਾ। ਉਸ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰਿਓ, ਦੋਨਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਓ। ਚਲੋ ਹੁਣ ਗੱਲ ਕਰਦੇ ਹਾਂ ਰਿਕਰੂਟਮੈਂਟ ਦੀ। ਇਹ ਜਿਹੜੀ ਵੈਕੈਂਸੀ ਆਈਆਂ ਨੇ, ਇਹ ਪੰਜਾਬ ਟੀਚਿੰਗ ਡਿਪਾਰਟਮੈਂਟ ਵਿੱਚ ਆਈਆਂ ਨੇ। ਅਲੱਗ ਅਲੱਗ ਕੁਆਲੀਫਿਕੇਸ਼ਨ ਦੇ ਹਿਸਾਬ ਨਾਲ ਕਾਫੀ ਸਾਰੀ ਵੈਕੈਂਸੀਆਂ ਨੇ। ਸੋ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਇੰਪੋਰਟੈਂਟ ਡੇਟਸ ਦੀ। ਦੋਸਤੋ, ਅਪਲਾਈ ਕਰਨਾ ਸਟਾਰਟ ਹੋ ਗਿਆ, ਹੁਣ ਗੱਲ ਕਰਦੇ ਹਾਂ ਪੋਸਟ ਦੀ ਅਤੇ ਐਲੀਜੀਬਿਲਿਟੀ ਦੀ। ਸਭ ਤੋਂ ਪਹਿਲਾਂ ਫਸਟ ਨੋਟੀਫਿਕੇਸ਼ਨ ਦੀ ਗੱਲ ਕਰਾਂਗੇ, ਜੋ ਕਿ PAU ਮੀਨਸ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਤੋਂ ਡਾਇਰੈਕਟ ਜੁਆਇਨਿੰਗ ਦਾ ਹੈ। ਤਾਂ ਚਲੋ ਹੁਣ ਗੱਲ ਕਰਦੇ ਹਾਂ ਸਾਰੀ ਡਿਟੇਲ ਵਿੱਚ। ਜਿੱਦਾਂ ਤੁਸੀਂ ਸਕਰੀਨ 'ਤੇ ਦੇਖ ਸਕਦੇ ਹੋ, ਅਸੀਂ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦੀ ਔਫਿਸ਼ੀਅਲ ਵੈਬਸਾਈਟ 'ਤੇ ਹੈਗੇ ਆ। ਇੱਥੇ ਤੁਸੀਂ ਸਕਰੋਲ ਕਰਕੇ ਵੇਖੋਗੇ ਤਾਂ ਤੁਹਾਨੂੰ ਕੁਆਲੀਫਿਕੇਸ਼ਨ ਮਿਲੇਗੀ। ਜਿਹੜੇ ਵੀ ਕੈਂਡੀਡੇਟਸ ਨੇ ਗ੍ਰੈਜੂਏਸ਼ਨ ਕੀਤੀ ਹੋਈ ਹੈ ਇਨ ਐਗਰੀਕਲਚਰ ਸਾਇੰਸ ਜਾਂ ਫਿਰ ਡਿਪਲੋਮਾ ਕੀਤਾ ਹੋਇਆ ਇਨ ਐਗਰੀਕਲਚਰ, ਉਹ ਸਾਰੇ ਕੈਂਡੀਡੇਟ ਅਪਲਾਈ ਕਰ ਸਕਦੇ ਨੇ। ਅਤੇ ਏਜ ਲਿਮਿਟ ਦੀ ਗੱਲ ਕਰੀਏ ਤਾਂ ਮਿਨੀਮਮ ਏਜ ਲਿਮਿਟ 21 ਈਅਰਸ ਹੋਣੀ ਚਾਹੀਦੀ ਹੈ ਅਤੇ ਮੈਕਸੀਮਮ ਏਜ ਲਿਮਿਟ 45 ਈਅਰਸ ਹੋਣੀ ਚਾਹੀਦੀ ਹੈ। ਅਤੇ ਪੰਜਾਬੀ ਦੀ ਨੌਲੇਜ ਹੋਣੀ ਚਾਹੀਦੀ ਹੈ 10th ਕਲਾਸ ਵਿੱਚ। ਕਹਿਣ ਦਾ ਮਤਲਬ ਹੈ 10th ਕਲਾਸ ਵਿੱਚ ਤੁਹਾਡੇ ਕੋਲ ਪੰਜਾਬੀ ਐਜ਼ ਏ ਸਬਜੈਕਟ ਹੋਣਾ ਚਾਹੀਦਾ। ਹੁਣ ਗੱਲ ਕਰਦੇ ਹਾਂ ਦੋਸਤੋ ਕਿੱਦਾਂ ਅਪਲਾਈ ਕਰਨਾ ਹੈ। ਅਪਲਾਈ ਕਰਨ ਤੋਂ ਪਹਿਲਾਂ 25% ਜਿਹੜੀ ਪੋਸਟ ਹੈ ਉਹ ਰਿਜ਼ਰਵਡ ਹੈ ਫੋਰ SC ਕੈਟੇਗਰੀਜ਼ ਔਰ ਟ੍ਰਾਈਬਸ ਕੈਟੇਗਰੀਜ਼ ਲਈ ਕੈਂਡੀਡੇਟਸ ਲਈ। ਅਤੇ 12% ਜੋ ਪੋਸਟ ਹੈ ਉਹ ਬੈਕਵਰਡ ਕਲਾਸਿਸ ਜਿਹੜੇ ਪੰਜਾਬ ਸਟੇਟ ਦੇ ਹੈ ਉਹਨਾਂ ਦੇ ਲਈ ਰਿਜ਼ਰਵ ਹੈ। ਅਤੇ 13% ਪੋਸਟ ਆਰ ਰਿਜ਼ਰਵ ਫੋਰ ਦਾ ਐਕਸ ਸਰਵਿਸਮੈਨ ਐਂਡ 3% ਪੋਸਟ ਆਰ ਰਿਜ਼ਰਵ ਫੋਰ ਦਾ ਹੈਂਡੀਕੈਪ ਪਰਸਨ। ਹੁਣ ਗੱਲ ਕਰਦੇ ਹਾਂ ਅਪਲਾਈ ਕਿੱਦਾਂ ਕਰਨਾ। ਦੋਸਤੋ, ਅਪਲਾਈ ਕਰਨ ਲਈ ਤੁਸੀਂ ਇੱਕ ਪਲੇਨ ਪੇਪਰ ਲੈਣਾ। ਉਸ ਪਲੇਨ ਪੇਪਰ ਵਿੱਚ ਤੁਸੀਂ ਆਪਣੀ ਪੂਰੀ ਡਿਟੇਲ ਲਿਖਣੀ ਹੈ ਵਿਦ ਯੂਅਰ ਫੋਟੋਗ੍ਰਾਫ ਐਂਡ ਜਿੰਨੇ ਵੀ ਤੁਹਾਡੇ ਡਾਕੂਮੈਂਟਸ ਹੈ ਉਹਨਾਂ ਨੂੰ ਸੈਲਫ ਅਟੈਸਟਿਡ ਕਰਕੇ ਉਹਨਾਂ ਦੀ ਫੋਟੋਕਾਪੀ ਲਗਾਉਣੀ ਹੈ ਅਤੇ ਇਹਨਾਂ ਦੇ ਐਡਰੈਸ 'ਤੇ ਸੈਂਡ ਕਰਨਾ 16 ਮਾਰਚ 2020 ਤੱਕ। ਅਤੇ 150 ਰੁਪਏ ਦਾ DD ਬਣਾਉਣਾ ਇਹਨਾਂ ਦੇ ਐਡਰੈਸ 'ਤੇ, ਕੰਟਰੋਲਰ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਲੁਧਿਆਣਾ, ਠੀਕ ਹੈ। ਅਤੇ ਤੁਹਾਡਾ ਜਿਹੜਾ ਇੰਟਰਵਿਊ ਹੋਗਾ ਉਹ 23rd ਆਫ ਮਾਰਚ 2020 ਸਵੇਰੇ 11 ਵਜੇ ਤੁਹਾਡਾ ਇੰਟਰਵਿਊ ਹੋਗਾ। ਤੁਸੀਂ ਔਫਿਸ਼ੀਅਲ ਵੈਬਸਾਈਟ 'ਤੇ ਪੂਰਾ ਨੋਟੀਫਿਕੇਸ਼ਨ ਵੀ ਚੈੱਕ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਦੂਜੇ ਨੋਟੀਫਿਕੇਸ਼ਨ ਦੀ। ਸੈਕਿੰਡ ਨੋਟੀਫਿਕੇਸ਼ਨ ਦੋਸਤੋ ਤੁਹਾਡਾ ਪੰਜਾਬ ECHS ਤੋਂ ਆਇਆ। ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੈਕੈਂਸੀਜ਼ ਦੀ। ECHS ਪੋਲੀ ਕਲੀਨਿਕ ਬੱਸੀ ਵਿੱਚ ਜਿਹੜੀ ਭਰਤੀਆਂ ਨਿਕਲੀਆਂ ਨੇ, ਫਾਰਮਾਸਿਸਟ ਦੀ ਇੱਕ ਪੋਸਟ ਹੈ, ਡੇਟਾ ਐਂਟਰੀ ਓਪਰੇਟਰ ਦੀ ਇੱਕ ਪੋਸਟ ਹੈ ਅਤੇ ਕਲਰਕ ਦੀ ਇੱਕ ਪੋਸਟ ਹੈ। ਅਤੇ ECHS ਪੋਲੀ ਕਲੀਨਿਕ ਤਲਵਾਰਾ ਦੇ ਜਿਹੜੀ ਵੈਕੈਂਸੀ ਨਿਕਲੀਆਂ ਨੇ, ਕਲਰਕ ਦੀ ਇੱਕ ਪੋਸਟ ਨਿਕਲੀ ਹੈ। ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ 16 ਮਾਰਚ 2020 ਅਪਲਾਈ ਕਰਨ ਦੀ ਲਾਸਟ ਡੇਟ ਹੈ। ਅਤੇ ਜਿਹੜਾ ਤੁਹਾਡਾ ਇੰਟਰਵਿਊ ਹੋਗਾ ਉਹ 24 ਮਾਰਚ 2020 ਨੂੰ ਤੁਹਾਡਾ ਇੰਟਰਵਿਊ ਹੋਗਾ। ਅਤੇ ਤੁਸੀਂ ਡਿਟੇਲ ਵਿੱਚ ਤੁਹਾਨੂੰ ਜਾਣਕਾਰੀ ਚਾਹੀਦੀ ਹੈ ਤਾਂ ਇਸ ਵੈਬਸਾਈਟ 'ਤੇ ਤੁਸੀਂ ਜਾ ਕੇ ਵਿਜ਼ਿਟ ਕਰ ਸਕਦੇ ਹੋ। ਅਤੇ ਜਦੋਂ ਤੁਸੀਂ ਇੰਟਰਵਿਊ ਦੇਣ ਜਾਓ, ਤੁਸੀਂ ਸਾਰੇ ਓਰੀਜਨਲ ਸਰਟੀਫਿਕੇਟਸ ਲੈ ਕੇ ਜਾਣੇ ਆ ਵਿਦ ਯੂਅਰ ਓਲ ਫੋਟੋਕਾਪੀ ਆਫ ਯੂਅਰ ਓਲ ਸਰਟੀਫਿਕੇਟਸ ਐਂਡ 2 ਪਾਸਪੋਰਟ ਸਾਈਜ਼ ਫੋਟੋਜ਼। ਅਤੇ ਇੱਥੇ ਤੁਹਾਡਾ ਐਡਰੈਸ ਵੀ ਲਿਖਿਆ ਹੋਇਆ, ਐਡਰੈਸ ਫੋਰ ਕਮਿਊਨੀਕੇਸ਼ਨ, ਤੁਸੀਂ ਡਿਟੇਲ ਵਿੱਚ ਵੇਖ ਸਕਦੇ ਹੋ ਇਹਨਾਂ ਦੀ ਵੈਬਸਾਈਟ 'ਤੇ ਵਿਜ਼ਿਟ ਕਰਕੇ। ਦੋਸਤੋ, ਥਰਡ ਜਿਹੜੀ ਭਰਤੀ ਆਈ ਹੈ ਉਹ ਪੰਜਾਬ ਕੋਰਟ ਦਾ ਨੋਟੀਫਿਕੇਸ਼ਨ ਹੈ। ਡਿਟੇਲ ਵਿੱਚ ਗੱਲ ਕਰਦੇ ਹਾਂ, ਸਭ ਤੋਂ ਪਹਿਲੇ ਗੱਲ ਕਰਦੇ ਹਾਂ ਕਿਹੜੀ ਪੋਸਟ ਹੈ। ਪੀਓਨ ਦੀ ਪੋਸਟ ਹੈ ਅਤੇ ਟੋਟਲ 5 ਪੋਸਟ ਨਿਕਲੀਆਂ ਨੇ ਪੀਓਨ ਦੀ। ਜਰਨਲ ਦੀ 2 ਹੈ, ਜਰਨਲ EWS ਕੈਂਡੀਡੇਟ ਦੀ ਇੱਕ ਪੋਸਟ ਹੈ, SC ESM ਕੈਂਡੀਡੇਟ ਦੀ ਇੱਕ ਪੋਸਟ ਹੈ ਅਤੇ SC ਕੈਟੇਗਰੀ ਦੀ ਇੱਕ ਪੋਸਟ ਹੈ। ਅਤੇ ਪੇ ਸਕੇਲ ਦੀ ਗੱਲ ਕਰੀਏ ਤਾਂ ਤੁਹਾਨੂੰ ਜਿਹੜਾ ਪੇ ਸਕੇਲ ਮਿਲੇਗਾ 4,900 ਤੋਂ ਲੈ ਕੇ 10,680 ਤੱਕ ਪੇ ਸਕੇਲ ਮਿਲੇਗਾ ਅਤੇ 1650 ਤੁਹਾਡਾ ਗ੍ਰੇਡ ਪੇ ਹੋਏਗਾ। ਕੁਆਲੀਫਿਕੇਸ਼ਨ ਦੀ ਗੱਲ ਕਰੀਏ ਤਾਂ ਜਿਹੜੇ ਵੀ ਕੈਂਡੀਡੇਟਸ ਨੇ 10th ਕਲਾਸ ਪਾਸ ਕਰ ਰੱਖੀ ਹੈ ਉਹ ਸਾਰੇ ਕੈਂਡੀਡੇਟਸ ਅਪਲਾਈ ਕਰ ਸਕਦੇ ਨੇ। ਅਤੇ ਪੰਜਾਬੀ ਦੀ ਨੌਲੇਜ ਹੋਣਾ ਮਸਟ ਹੈ। ਅਤੇ ਏਜ ਲਿਮਿਟ ਮਿਨੀਮਮ 18 ਈਅਰਸ ਹੋਣੀ ਚਾਹੀਦੀ ਹੈ, ਮੈਕਸੀਮਮ 35 ਈਅਰਸ ਹੋਣੀ ਚਾਹੀਦੀ ਹੈ। ਅਤੇ ਏਜ ਜਿਹੜੀ ਤੁਹਾਡੀ ਕੈਲਕੂਲੇਟ ਹੋਏਗੀ ਐਜ਼ ਓਨ 1/1/2020। ਹੁਣ ਗੱਲ ਕਰਦੇ ਹਾਂ ਅਪਲਾਈ ਕਿੱਦਾਂ ਕਰਨਾ। ਦੋਸਤੋ, ਅਪਲਾਈ ਤੁਸੀਂ ਔਫਲਾਈਨ ਕਰਨਾ। ਅਪਲਾਈ ਕਰਨ ਲਈ ਇਸ ਫੋਰਮ ਨੂੰ ਤੁਸੀਂ ਫਿਲ ਕਰਕੇ ਇਹਨਾਂ ਦੇ ਐਡਰੈਸ 'ਤੇ ਸੈਂਡ ਕਰਨਾ ਹੈ। ਅਤੇ ਇਸ ਭਰਤੀ ਵਿੱਚ ਵੀ ਤੁਹਾਡਾ ਡਾਇਰੈਕਟ ਇੰਟਰਵਿਊ ਹੋਗਾ। ਅਤੇ ਅਪਲਾਈ ਕਰਨ ਦੀ ਜਿਹੜੀ ਲਾਸਟ ਡੇਟ ਹੈ ਉਹ 13 ਮਾਰਚ 2020 ਲਾਸਟ ਡੇਟ ਹੈ ਤੁਹਾਡੀ ਅਪਲਾਈ ਕਰਨ ਦੀ। ਅਤੇ ਇੰਟਰਵਿਊ ਦੀ ਡੇਟ ਵੀ ਇਹਨਾਂ ਨੇ ਦਿੱਤੀ ਹੋਈ ਹੈ, A to G ਲੈ ਕੇ, ਜਿਹਨੇ ਵੀ ਕੈਂਡੀਡੇਟਸ ਹੈ ਜਿਨ੍ਹਾਂ ਦਾ ਨਾਮ ਕੈਪੀਟਲ A to G ਲੈ ਕੇ ਸਟਾਰਟ ਹੁੰਦਾ ਹੈ, ਉਹ ਸਾਰੇ ਕੈਂਡੀਡੇਟਸ ਦਾ ਇੰਟਰਵਿਊ 24 ਤਾਰੀਖ ਨੂੰ ਹੋਏਗਾ। ਅਤੇ ਇੱਥੇ ਤੁਸੀਂ ਕੈਪੀਟਲ ਵਾਈਜ਼ ਲੈਟਰ ਵਾਈਜ਼ ਤੁਸੀਂ ਇੰਟਰਵਿਊ ਦੀ ਡੇਟ ਚੈੱਕ ਕਰ ਸਕਦੇ ਹੋ ਆਪਣੇ ਨਾਂ ਦੇ ਅਕੋਰਡਿੰਗ। ਇੰਟਰਵਿਊ ਤੁਹਾਡਾ ਸਵੇਰੇ 10 ਵਜੇ ਹੋਏਗਾ ਅਤੇ ਜੋਬ ਲੋਕੇਸ਼ਨ ਇੰਟਰਵਿਊ ਦੀ ਫਿਰੋਜ਼ਪੁਰ ਹੋਏਗੀ, ਠੀਕ ਹੈ।
ਅਤੇ ਵੀਡੀਓ ਅੱਛੀ ਲੱਗੇ ਤਾਂ ਦੋਸਤੋ ਵੀਡੀਓ ਨੂੰ ਲਾਈਕ ਜ਼ਰੂਰ ਕਰਿਓ, ਆਪਣੇ ਫਰੈਂਡਸ ਨਾਲ ਆਪਣੇ ਫੈਮਿਲੀ ਨਾਲ ਜ਼ਰੂਰ ਸ਼ੇਅਰ ਕਰਿਓ, ਅਤੇ ਜਿਹੜੇ ਵੀ ਕੈਂਡੀਡੇਟਸ ਪਹਿਲੀ ਵਾਰ ਚੈਨਲ 'ਤੇ ਵਿਜ਼ਿਟ ਕਰ ਰਹੇ ਨੇ ਚੈਨਲ ਨੂੰ ਸਬਸਕ੍ਰਾਈਬ ਵੀ ਜ਼ਰੂਰ ਕਰਿਓ। ਧੰਨਵਾਦ ਦੋਸਤੋ, ਹੁਣ ਮਿਲਦੇ।